कोड़ लिया। आज गरीब बेवा औरत है ना, मैं अब घर का काम करता है, मेरे सारे बच्चे भुखे। कहो क्यों शरीफ आदमी तो तू बाहर पहुंचाता, जेड़े शरीफ ना 20 रुपये चीनी करती थी, दस दस औरतों के चस्के बाद। अच्छा ते औरत नहीं कोई रख सकता इस दौर में। ते ओ कह रहा कि मैं महंगाई घट कर दूंगा, कर देगा। नवाज शरीफ ते तुसी नवाज शरीफ ने तो इतना दुनिया ना दिया, ना इतना का दिया, हर दुकानदार खुशहाल ते असी खुशहाल, साड़ी बच्चियां रो रही ने भूखियां, आटा इतना महंगा, इस जे मेनू पता लग दे ना जीते बेटा मैं तो मर मुकगी, परतनी को तेरे गोली मार देगी यार। अच्छा काला तुसी ये दसो, ओ कह रहा कि जड़ी महंगाई इतनी ज्यादा हो गई है, ये नवाज शरीफ ने इतना कर्जा लिया सी, मैं कितों वापस करा? तू लूट लूट का तो तू सारा इंडिया नु दे रहा। ये ओ कह रहा कि लूट के नवाज शरीफ ने इंडिया नु दिता, 1 रुपया नवाज शरीफ ने नहीं लूटा, नवाज शरीफ ने 1 रुपया ने लुटे, चोर आ गंदा है। ये कह रहा कि गंदा, ये कह रहा कि नवाज शरीफ ते जरदारी चोर लुटेरे आ, ए लुटेरा तो सारे तो ज्यादा लुटेरा, मेरे सामने ओदी गल करा, ने को जे तेरा सिर ना ना पाले असी दुनिया तो अक्के ते। अच्छा इस तो अलावा ਤੁਹਾਨੂੰ ਉਮੀਦ ਹੈਗੀ ਕਿ ਕੋ ਆਉਣ ਵਾਲੇ ਵਕਤ 'ਚ ਘੱਟ ਕਰ ਲਏਗਾ ਮਹਿੰਗਾਈ ਕਿ ਨਹੀਂ? ਨਹੀਂ ਕਰੇਗਾ, ਨਹੀਂ ਕਰੇਗਾ, ਇਹ ਲੂਟ ਕਾ ਨਾ ਜਿੱਧਰ ਇਹਦੀ ਬੀਵੀ ਬੱਚਾ ਨਾ ਉਧਰ ਜਾਵੇਗਾ। ਅੱਛਾ ਅੱਛਾ, ਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਇੱਕ ਮਹਿੰਗਾਈ ਵੀ ਨਹੀਂ ਘੱਟ ਕਰੇਗਾ, ਮਜ਼ੀਦ ਕਰੇਗਾ, ਕੁਝ ਵੀ ਨਹੀਂ ਕਰੇਗਾ, ਮੁਲਕ ਨੂੰ ਬਰਬਾਦ ਕਰੇਗਾ? ਤੇ ਲੋਕਾਂ ਨੂੰ ਇਹਨੂੰ ਟਾਈਮ ਦੇਣਾ ਚਾਹੀਦਾ ਕਿ ਨਹੀਂ? ਲੋਕਾਂ ਨੂੰ ਕੀ ਟਾਈਮ ਦੇਵੇ, ਲੋਕ ਤਾਂ ਡੰਡੇ ਠਾ ਕੇ, ਲੋਕ ਬਗੈਰ ਤਾਂ ਡੰਡੇ ਠਾ ਕੇ ਇਹਦੇ ਸਿਰ ਪਾੜਨ। ਟਮਾਟਰ ਮੈਂ ਪੂਰੀ ਮੇਰੀ 60 ਸਾਲ ਉਮਰ ਹੋ ਗਈ, ਮੈਂ ਅੱਜ ਤਾਈਂ ਟਮਾਟਰ ਮਹਿੰਗਾ ਨਹੀਂ ਦੇਖਿਆ, ਤਾਂ 10 ਰੁਪਏ ਮੈਂ ਟਮਾਟਰ ਲਿਆ ਨਵਾਬ ਸ਼ਰੀਫ ਕੇ ਜ਼ਮਾਨੇ 'ਚ, 30 ਰੁਪਏ ਮੈਂ ਚੀਨੀ ਲਈ, 20 ਰੁਪਏ ਆਟਾ ਲਿਆ, ਜਿੱਦਣ ਉਦਣ ਕੇ ਅਸੀਂ ਫਾਕੇ ਮਰੇ, ਇੱਕ ਟਾਈਮ ਰੋਟੀ ਖਾ। ਤੂੰ ਬੇਟਾ ਕਿੱਥੇ ਪਾਗਲ ਹੋਇਆ ਫਿਰਾ, ਇਹ ਲੋਕਾਂ ਨੂੰ ਨਾ ਮਹਿੰਗਾਈ ਉੱਧਰ ਲਾ ਕੇ ਨਵਾਬ ਸ਼ਰੀਫ ਦੇ ਮਗਰ ਕੇ ਮਹਿੰਗਾਈ ਵੱਲ ਨਾ ਦੇਣ। ਅੱਛਾ ਤੇ ਨਵਾਜ਼ ਸ਼ਰੀਫ ਬੰਦਿਆਂ ਨੂੰ ਕੋਈ ਦਿਮਾਗ ਕੰਮ ਨਹੀਂ, ਤੇ ਨਵਾਜ਼ ਸ਼ਰੀਫ ਜਿਹੜਾ ਬਾਹਰ ਚਲਾ ਗਿਆ, ਅਸਲ ਖਾਲਾ ਪਤਾ ਕੀ ਆ, ਅਸੀਂ ਤਾਂ ਸਵਾਲ ਕਰਨਾ ਨਾ, ਜਿਸ ਤਰ੍ਹਾਂ ਤੁਸੀਂ ਜਵਾਬ ਦੇ ਰਹੇ ਹੋ ਇਵੇਂ ਲੋਕ ਜਵਾਬ ਦਿੰਦੇ ਆ, ਨਵਾਜ਼ ਸ਼ਰੀਫ ਜਿਹੜਾ ਵਾ ਉਹ ਤਾਂ ਬਾਹਰ ਦੌੜ ਗਿਆ। ਕਿਉਂ ਦੌੜ ਗਿਆ? ਉਹ ਵਿਚਾਰਾ ਬਿਮਾਰ ਆ, ਇਹਨਾਂ ਨਾਲ ਦੇਰ ਕੇ ਟਿੱਕੇ ਲਾ ਲਾ ਕੇ ਉਹ ਬਿਮਾਰ ਕਰਿਆ। ਤੇ ਉਹ ਪਾਕਿਸਤਾਨ ਦੇ ਵਿੱਚ ਉਹ ਆਪਦੇ ਇੰਨੇ 35 ਸਾਲਾਂ ਤੋਂ ਹਕੂਮਤ ਸੀ, ਕੋਈ ਇਵੇਂ ਦਾ ਹਸਪਤਾਲ ਹੀ ਨਹੀਂ ਬਣਾ ਸਕਿਆ, ਇੱਥੇ ਇਲਾਜ ਨਹੀਂ ਕਰਵਾਇਆ, ਬਾਹਰ ਜਾ ਕੇ ਬਣਾ ਰੱਖਿਆ ਉਹਨੂੰ, ਉਹ ਪਾਕਿਸਤਾਨ ਦੇ ਹਸਪਤਾਲ 'ਚ ਇਲਾਜ ਨਹੀਂ ਕਰਵਾ ਰਿਹਾ, ਬਾਹਰ ਦੌੜ ਬੇਟਾ, ਗਰੀਬਾਂ ਦੀ ਬੱਚੀਆਂ ਨਾਲ ਵਾਹ ਦੇ ਰਿਹਾ ਤਾ, ਗਰੀਬਾਂ ਨਾਲ ਉਹ ਦੇ ਰਿਹਾ ਤਾ, ਜਿਹੜੀ ਇਹਨਾਂ ਦਾ ਸਕੂਲ ਮਾ ਦਰਸ ਮਾ ਬੱਚੀਆਂ ਉਹ ਦੇ ਰਿਹਾ ਤਾ, ਮੇਰੇ ਵਰਗੀ ਬੇਵਾ ਔਰਤ ਨਾ ਬੇਨਜ਼ੀਰ 5,000 ਹਬੀ ਦੇ ਰਹੀ ਆ, ਇਹ ਦੋਵੇਂ ਪਾਰਟੀਆਂ ਹੱਥੀ ਤੀ ਆ, ਪਤਾ ਨਹੀਂ ਕਿੱਧਰ ਤੋਂ ਆ ਗਿਆ। ਜੀ ਨਾਜ਼ਰੀਨ ਵੀਡੀਓ ਦੇਖਣੇ ਕਾ ਬਹੁਤ ਸ਼ੁਕਰੀਆ, ਮਿਲਤੇ ਇੱਕ ਨਈ ਵੀਡੀਓ ਮੇਂ, ਤਬ ਤੱਕ ਕੇ ਲੀਏ ਅੱਲਾ ਹਾਫਿਜ਼।